ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕਿਸਾਨ ਵੀਰਾਂ ਨੂੰ ਪਿਆਰ ਪਈ ਸਤਿ ਸ੍ਰੀ ਅਕਾਲ ਮੇਰੇ ਕਿਸਾਨ ਵੀਰੋ ਜਿਹੜੀ ਆਪਾਂ ਮੋਮੈਂਟੋ ਐਨਰਜੀ ਵਾਇਰ ਕੰਪਨੀ ਦੀ ਸਪਰੇ ਦੀ ਆਪਾਂ ਗੱਲ ਕਰਦੇ ਸੀ ਉਸ ਦੇ ਜਿਹੜੇ ਰਿਜ਼ਲਟ ਆਪਾਂ ਆਪਣੇ ਸਾਹਮਣੇ ਰਿਜ਼ਲਟ ਆਇਆ ਮੈਂ ਫੀਲਡ ਦੇ ਵਿੱਚ ਕਾਟਨ ਦੇ ਫੀਲਡ ਦੇ ਵਿੱਚ ਗਿਆ ਹਾਂ ਔਰ ਜਿਹੜੇ ਆਪਣੇ ਕਾਟਨ ਦੇ ਬਹੁਤ ਸੀ ਬੜੀਆ ਸੁੰਦਰ ਰਿਜ਼ਲਟ ਆਪਣੇ ਸਾਹਮਣੇ ਆਏ ਆ ਤੇ ਇਹਦੇ ਚ ਤੇਲਾ ਚਿਪਾ ਕਾਫੀ ਸੀ ਮਾਤਰਾ ਦੇ ਵਿੱਚ ਔਰ ਚਿਪਾ ਕਾਫੀ ਮਾਤਰਾ ਦੇ ਵਿੱਚ ਮੇਰੇ ਕਿਸਾਨ ਵੀਰ ਜਾਣਦੇ ਨੇ ਕਿ ਚਿਪੇ ਦੇ ਨਾਲ ਜਿਹੜਾ ਪੌਦਾ ਉਹ ਪੱਤੇ ਆ ਜਿਹੜੇ ਉਹ ਕਾਲੇ ਹੋ ਜਾਂਦੇ ਆ ਤੇ ਮੇਰੇ ਕਿਸਾਨ ਵੀਰੋ ਹੁਣ ਤੁਸੀਂ ਧਿਆਨ ਨਾਲ ਦੇਖਿਓ ਕਿਉਂਕਿ ਇਹ ਜਿਹੜੀ ਆਪਣੇ ਜਾਦੇ ਕਾਲਸ ਹੈਗੀ ਆ ਪੱਤਿਆਂ ਦੇ ਉੱਪਰ ਉਹ ਰਿਮੂਵ ਹੋ ਚੁੱਕੀ ਹੈ ਖਤਮ ਹੋ ਚੁੱਕੀ ਹੈ ਆ ਦੇਖੋ ਬਿਲਕੁਲ ਪੱਤੇ ਬਿਲਕੁਲ ਸਾਫ ਹੈ ਜੀ ਇਹ ਮੋਵੈਂਟੋ એનર્ਜੀ ਵੇਅਰ ਕੰਪਨੀ ਦੀ ਜਿਹੜੀ ਸਪਰੇ ਹੈਗੀ ਹੈ ਉਹਦੇ ਨਾਲ ਬਹੁਤ ਸੋਹਣੇ ਰਿਜ਼ਲਟ ਆਇਆ ਹੈ ਔਰ ਹਾਈਟ ਦੇ ਵਿੱਚ ਵੀ ਆਪਣਾ ਕਾਟਨ ਦੀ ਹਾਈਟ ਦੇ ਵਿੱਚ ਵੀ ਬੜੋਤਰੀ ਹੋਈ ਹੈ ਤੇ ਬਹੁਤ ਹੀ ਸੋਹਣੀ ਭਰਪੂਰ ਫਸਲ ਕਾਟਨ ਦੀ ਆਪਾਂ ਦੇਖ ਰਹੇ ਹਾਂ ਔਰ ਮੇਰੇ ਕਿਸਾਨ ਵੀਰੋ ਮੈਂ ਨਾ ਇਸ ਦੇ ਵਿੱਚ ਰეკਮੈਂਡ ਕੀਤਾ ਸੀ ਕਿ ਮੈਂ ਕਾਟਨ ਦੇ ਵਿੱਚ ਬਵੈਂਟੋ ਨਰਜੀ ਦੇ ਨਾਲ ਕਸਟੂਡੀਓ ਫੰਗੀਸਾਈਡ ਔਰ ਨਾਲ ਜੂਪੀਐਲ ਦੀ ਆਪਣਾ ਜਿਹੜੀ ਕਿ ਪੋ ਪਲਸ ਪੋਲੋ ਦਾ ਸਾਲਟ ਹੈਗਾ ਔਰ ਲੈਣੋ ਦਾ ਸਾਲਟ ਹੈਗਾ 5% ਉਹ ਯੂਜ਼ ਕੀਤੀ ਸੀ ਤੇ ਬਹੁਤ ਹੀ ਸੋਹਣੇ ਰਿਜ਼ਲਟ ਆਏ ਮੈਂ ਸੋਚਿਆ ਮੇਰੇ ਕਿਸਾਨ ਵੀਰਾਂ ਤੱਕ ਇਹ ਵੀਡੀਓ ਜਲਦੀ ਤੇ ਜਲਦੀ ਮੈਂ ਲੈ ਕੇ ਆਵਾਂ ਕਿ ਉਹ ਆਪਣੀ ਇਸ ਸਪਰੇਅ ਦੇ ਨਾਲ ਆਪਣੀ ਭਰਪੂਰ ਫਸਲ ਆਪਣੇ ਖੇਤਾਂ ਦੇ ਵਿੱਚ ਦੇਖੋ ਜੀ ਹਾਈਟ ਬਹੁਤ ਜ਼ਿਆਦਾ ਹੈਗੀ ਜੀ ਮੇਰੇ ਕਿਸਾਨ ਵੀਰੋ ਸੋ ਮੇਰੇ ਮੇਰੇ ਕਿਸਾਨ ਵੀਰਾਂ ਲਈ ਬਸ ਇਹਨਾ ਕਹਿਣਾ ਹੋਇਆ ਮੈਂ ਇਜਾਜ਼ਤ ਲੈਣਾ ਤੇ ਮੈਂ ਇਹੀ ਕਾਮਨਾ ਕਰਦਾ ਕਿ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਕਿ ਮੇਰੇ ਕਿਸਾਨ ਵੀਰਾਂ ਤੱਕ ਮੈਂ ਹਰ ਇੱਕ ਤਜਰਬਾ ਜਿਹੜਾ ਆਪਣਾ ਉਹ ਸਾਂਝਾ ਕਰ ਸਕਾਂ ਔਰ ਕਿਸੇ ਕਿਸਮ ਦੀ ਸਪਰੇ ਦੇ ਮਾਮਲੇ ਦੇ ਵਿੱਚ ਜਾਂ ਕੋਈ ਐਨੀ ਅਦਰ ਸਵਾਲ ਹੁੰਦਾ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਮੈਂ ਪਰਫੂਰ ਫਸਲ ਦੀ ਕਾਮਨਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ